ਜੈ ਸਾਈ ਜੀ ਦੀ ਜੈ ਬਾਬਾ ਮੁਰਾਦ ਸ਼ਾ ਵੜੀ ਜੀ ਰਬ ਇੱਕ ਜੈ ਸਾਈ ਜੀ 786 ਐਸੇ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਬਾਬਿਓ ਦਾਤਾ ਚੜ੍ਹਦੀ ਕਲਾ ਚ ਰੱਖਣ ਜੇ ਚੈਨਲ ਤੇ ਪਹਿਲੀ ਵਾਰੀ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਜੀ ਸੋ ਗੱਲ ਮਸਤਾ ਫਕੀਰਾਂ ਦੀ ਜਿਨ੍ਹਾਂ ਦੀ ਅੱਜ ਗੱਲ ਕਰਨ ਜਾ ਰਹੇ ਆ ਜੀ ਉਹ ਆਸਟ੍ਰੇਲੀਆ ਤੋਂ ਨੇ ਸਾਹਿਲ ਪ੍ਰੀਤ ਉਹਨਾਂ ਨੇ ਆਪਣਾ ਇੱਕ ਜਿਹੜੀਆਂ ਸਰਕਾਰਾਂ ਦੇ ਦਰਬਾਰਾਂ ਤੇ ਜਾਂਦੇ ਆ ਸਾਈਂ ਜੀ ਨਾਲ ਲਗਣ ਸੀਗੀ ਸਾਈਂ ਜੀ ਤੋਂ ਮੰਗਦੇ ਸੀ ਵੀ ਸਰਕਾਰ ਵੀ ਮੈਂ ਦੂਰ ਹੋਣਾ ਮੁੱਲਾਪੁਰ ਤੋਂ ਮੁੱਲਾਪੁਰ ਦਾ ਆਖਾ ਤੋਂ ਤੇ ਮੈਨੂੰ ਕੋਈ ਉੱਥੇ ਨੇੜੇ ਤੁਸੀਂ ਆਪਣਾ ਦਰਬਾਰ ਜਿੱਥੇ ਮੇਰੀ ਲਗਣ ਲੱਗ ਜਾਵੇ ਤੇ ਉੱਥੇ ਇਹਨਾਂ ਦੇ ਨਾਲ ਜੋ ਜੋ ਹੋਇਆ ਜਿਹੜੇ ਉੱਥੇ ਦੇ ਗੱਦੀ ਨਸ਼ੀਂ ਬਾਬਾ ਜੀ 70 80 ਸਾਲ ਪੁਰਾਣੀ ਜਗਾ ਹੈ ਜੀ ਦਰਬਾਰ ਆ ਮਾਲਕ ਦਾ ਉਹਨਾਂ ਫਕੀਰਾਂ ਨੇ ਬੜੇ ਕਰਮ ਨਵਾਜ਼ੀ ਕੀਤੀ ਹੈ ਹੁਣ ਮੁੰਡਾ ਆਸਟ੍ਰੇਲੀਆ ਹੈ ਤੇ ਇਹਨਾਂ ਨੇ ਆਪਣੀ ਗੱਲ ਸਾਨੂੰ ਜੋ ਭੇਜੀ ਆ ਵੋਇਸ ਵੋਕਲ ਭੇਜਿਆ ਆ ਤੇ ਆਪਾਂ ਵੋਕਲ ਦੇ ਇਹਨਾਂ ਦੇ ਕੋਲੋਂ ਹੀ ਸੁਣਦੇ ਆ ਵੀ ਇਹਨਾਂ ਨਾਲ ਕੀ ਕੀ ਹੋਇਆ ਬਾਕੀ ਸੋਣਾ ਸਾਈਂ ਸਾਹਿਬ ਤੇ ਮੇਰ ਕਰਨ ਸੋ ਜੈ ਸਾਈਂ ਜੀ ਦੀ ਜੈ ਬਾਬਾ ਮੁਰਾਦ ਸ਼ਾਹੀ ਦੀ ਆਓ ਸੁਣਦੇ ਆ ਸਾਹਿਲ ਪ੍ਰੀਤ ਦੀ ਕਹਾਣੀ ਸਾਹਿਲ ਪ੍ਰੀਤ ਦੀ ਜ਼ੁਬਾਨੀ ਜੈ ਸਾਈਂ ਜੀ ਦੀ ਹਾਂਜੀ ਬੜੀ ਉਸਤਰੀ ਗੱਲ ਜੀ ਹੁਣ ਉਹ ਬਹੁਤ ਪਿਆਰੇ ਸੱਸੇ ਗੱਲਬਾਤ ਹੀ ਤੇ ਮੈਂ ਤੁਹਾਨੂੰ ਘੱਲੋਂ ਮਿਲਾਂ ਦਾ ਕਮੈਂਟ ਵੀ ਕਰੇ ਸੀ ਤੁਸੀਂ ਦਾ ਨੰਬਰ ਭੇਜਿਆ ਕਿਉਂਕਿ ਮੈਂ ਬਹੁਤ ਟਾਈਮ ਤੋਂ ਟਰਾਈ ਕਰਦਾ ਪਿਆ ਸੀ ਕਿ ਭਾਜੀ ਮੈਂ ਨਾ ਅੱਗੇ ਵੀ ਹੱਥ ਖੇਪੋ ਕਮੈਂਟ ਕਰਨ ਦਾ ਕਰਦਾ ਕਰਦਾ ਕਰਦੇ ਹਾਂ ਹੁਣ ਵੀ ਪਹਿਲਾਂ ਵੀ ਕਰਦਾ ਸੀਗਾ ਕਿ ਉਹਦਾ ਵੀ ਕਮੈਂਟ ਕਰ ਦਿੰਦਾ ਸੀਗਾ ਵੀ ਕਦੇ ਕਿੱਸਾ ਯਾਨੀ ਬਹੁਤ ਵਧੀਆ ਲੱਗਦੇ ਨੇ ਤੇ ਵੀਡੀਓ ਵੀ ਤੁਹਾਡੀ ਜਦੋਂ ਦੇਖਦੇ ਹਾਂ ਚਾਹ ਹੁੰਦਾ ਵੀ ਯਾਰ ਕੋਈ ਨਵਾਂ ਕਿੱਸਾ ਆਉਣਾ ਸਾਈ ਜੀ ਦਾ ਪੱਪਾ ਮਰਾਛਾ ਜੀ ਸਾਈ ਲਾਡੀ ਜੀ ਸਰਕਾਰ ਤੋਂ ਕਿਉਂ ਨਾ ਸਾਰੀ ਪਿਆਰ ਕਰਦੇ ਨੇ ਤੇ ਮੈਨੂੰ ਹੁਣ ਇਦਾਂ ਹੋਇਆ ਨਾ ਭਾਈ ਥੋੜਾ ਕਿ ਮੇਰਾ ਵੀ ਮਾਨਸੀ ਵੀ ਕੋਈ ਮੈਂ ਕਿੱਸਾ ਸ਼ੇਅਰ ਕਰਨਾ ਹਾਲ ਕਿ ਮੇਰੇ ਕੋਲ ਦੋ ਤਣੇ ਕਿੱਸੇ ਜਿਹੜੇ ਮੇਰੇ ਨਾਲ ਆਪ ਦੇ ਨਾਲ ਵਾਪਰੇ ਹੋਏ ਨੇ ਮੇਰੇ ਕੋਲ ਹੈਗੇ ਨੇ ਹਨਾ ਤੇ ਮੈਂ ਉਹ ਵੀ ਸ਼ੇਅਰ ਕਰੂੰਗਾ ਪਰ ਮੈਂ ਪਹਿਲਾਂ ਇਹ ਇੱਕ ਕਿੱਸਾ ਸ਼ੇਅਰ ਕਰੂੰਗਾ ਤੁਹਾਡੇ ਨਾਲ ਕਿਉਂਕਿ ਇਹ ਕਿਉਂਕਿ ਹਦ ਕਿ ਨਾ ਇਦਾਂ ਵਾ ਕਿ ਤੁਸੀਂ ਅਕਸਰ ਜਿੱਦਾਂ ਨਾ ਲਾਡੀ ਸ਼ਾ ਸਰਕਾਰ ਜੀ ਦਾ ਬਾਪ ਮਹਾਰਾਜ ਸ਼ਾ ਜੀ ਦਾ ਜਿੱਦਾਂ ਬਾਪੂ ਬ੍ਰਹਮ ਜੋਗੀ ਮਾਨ ਜੀ ਜਾਂ ਦੇਵ ਸ਼ਾ ਸਰ ਜਾਨੀ ਅਕਸਰ ਤੁਸੀਂ ਇਹਨਾਂ ਦੇ ਕਿੱਸੇ ਯਾਨੀ ਸਾਰੇ ਰੱਬਾਂ ਦੇ ਵਲੀਆਂ ਦੇ ਕਿੱਸੇ ਸ਼ੇਅਰ ਕਰਦੇ ਹੋ ਤੇ ਇਹ ਵੀ ਕਿੱਸਾ ਜੋ ਜੋ ਪਾਜੀ ਹੈਗਾ ਨਾ ਇਹ ਵੀ ਬਲੀਆਂ ਦਾ ਹੀ ਕਿੱਸਾ ਵਾ ਰੱਬੀ ਰੂਹਾਂ ਦਾ ਹੀ ਕਿੱਸਾ ਵੀ ਇੱਕ ਤਰ੍ਹਾਂ ਜਾਣੇ ਦੱਸਾਂ ਪਰ ਇਦਾਂ ਵਾ ਕਿ ਇਹ ਜਣੀ ਆਪਾਂ ਕਹਿ ਦੀਏ ਨਾ ਜਿੱਦਾਂ ਬਾਬਾ ਮੁਰਾਦ ਸ਼ਾ ਜੀ ਦਾ ਜਾਂ ਰਾਹਾਂ ਲਾਡੀ ਸ਼ਾ ਸਰਕਾਰ ਦਾ ਉਹਨਾਂ ਦਾ ਨਹੀਂਗਾ ਇਹ ਆਪ ਦੇ ਨਾਲ ਬੀਤੀ ਹੋਈ ਗੱਲ ਦਾ ਕਿੱਸਾ ਵਾ ਤੇ ਆਪ ਦੇ ਨਾਲ ਬੀਤੀ ਹੋਈ ਗੱਲਬਾਤ ਦਾ ਕਿੱਸਾ ਹੈ ਇਦਾਂ ਗਿਆ ਇਕੋ ਸਿੱਧਾਂਕ ਸਟਾਰਟ ਹੁੰਦਾ ਕਿ ਭਾਜੀ ਥੋੜਾ ਮੈਂ ਤੁਹਾਨੂੰ ਸਾਡੇ ਡਿਟੇਲ ਚ ਥੋੜਾ ਹੋ ਜਾਵੇ ਤੇ ਮਾੜਾ ਤੁਸੀਂ ਸਮਝ ਲਈਏ ਤੁਹਾਨੂੰ ਨਹੀਂ ਸਮਝ ਲੱਗਿਆ ਤਾਂ ਤੁਸੀਂ ਮੈਨੂੰ ਇੱਕ ਵਾਰ ਮੈਸੇਜ ਕਰ ਦਿਓ ਕਿਉਂਕਿ ਮਨ ਲੱਗਾ ਸ਼ਾਇਦ ਇੰਡੀਆ ਵਿੱਚ ਤਾਂ ਅਜੇ ਥੋੜਾ ਵੱਧ ਸਵੇਰ ਹੋਣਾ ਤੁਹਾਨੂੰ ਮੈਂ ਮੈਸੇਜ ਕਰਤਾ ਤੇ ਇੱਧਰ ਆਸਟ੍ਰੇਲੀਆ ਵਿੱਚ ਤਾਂ ਨਹੀਂ ਹੁਣ 12:00 1 ਵਜੇ ਕਿਉਂਕਿ ਮੈਨੂੰ 6 ਮਹੀਨੇ ਹੋਇਆ ਕਿ ਮੈਂ ਸਟੂਡੈਂਟ ਵੀਜ਼ੇ ਇੱਥੇ ਆਇਆ ਹੋਇਆਗਾ ਪਹਿਲਾਂ ਮੈਂ ਇੰਡੀਆ ਦੇ ਵਿੱਚ ਹੀ ਹੁੰਦਾ ਸੀਗਾ ਲੁਧਿਆਣਾ ਜ਼ਿਲ੍ਹਾ ਆਪਣਾ ਮੁੱਲਾਂਪੁਰ ਦਾ ਖਾ ਪਿੰਡ ਸੀ ਤੇ ਮੈਂ ਭਾਜੀ ਹੁਣ ਤੁਹਾਨੂੰ ਕਿਸਾ ਸਟਾਰਟ ਸਾਡੇ ਨਾਲ ਭਾਜੀ ਮੈਂ ਅਕਸਰ ਨਾ ਜਿੱਦਾਂ ਨਕੋਦਰ ਤੋਂ ਮੇਰੀ ਮੇਰੀ ਲਗਨ ਮੇਰੀ ਕਾਫੀ ਟਾਈਮ ਤੋਂ ਮੇਰੀ ਜਿੱਦਾਂ ਆਪਾਂ ਸਟਾਰਟਿੰਗ ਹੁੰਦੀ ਹੁੰਦੀ ਹੈ ਕਿਸੇ ਜਿਵੇਂ ਵੀਡੀਓ ਦੇਖ ਕਿ ਮੇਰੀ ਵੀ ਨਾ ਮੈਂ ਕੋਦਰਤੀ ਮੇਰ ਕੋ ਇੱਕ ਵਾਰ ਸਭ ਤੋਂ ਪਹਿਲੇ ਫਰਸਟ ਟਾਈਮ ਮੇਰ ਕੋ ਲਾਡੀ ਸ਼ਾ ਸਰਕਾਰ ਜੀ ਦੀ ਮੇਰੀ YouTube ਤੇ ਵੀਡੀਓ ਆਈ ਸੀ ਕੋਸ਼ਕ ਸਾਲ ਪਹਿਲਾਂ ਤੇ ਉਹ ਨੂੰ ਦੇਖ ਦੇਖਦੇ ਮੇਰਾ ਰੁਝਾਨ ਇੰਨਾ ਕਿ ਜ਼ਿਆਦਾ ਹੋ ਗਿਆ ਕਿ ਜਾਨੀ ਇਹਨਾਂ ਦੇ ਆਪਾਂ ਇੱਕ ਤਰ੍ਹਾਂ ਇਹ ਕਹਿੰਦੇ ਇਹਨਾਂ ਦੇ ਰੰਗ ਜੀ ਬੰਦੇ ਮੇ ਰੰਗੇ ਆ ਜਾਂਦਾ ਹੁੰਦਾ ਜਾਂ ਇਹਨਾਂ ਦਾ ਹੋ ਜਾਦਾ ਹੁੰਦਾ ਉਹ ਹਸਾਬਕਾ ਦਾ ਮੇਰ ਨਾਲ ਹੋਇਆ ਸੀਗਾ ਤੇ ਉਦੋਂ ਬਾਅਦ ਫਿਰ ਮੈਨੂੰ ਕੋਦਰ ਵੀ ਕਾਫੀ ਉਹਨੂੰ ਨਿਵਾਰ ਮੈਂ ਜਾ ਕੇ ਵੀ ਆਇਆ ਮੋਥੇ ਨਾ ਤੇ ਬਾਹਰ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਸਾਰੇ ਜਗਾਵਾਂ ਦੇ ਬੱਪੂ ਲਾਲ ਬਾਦਸ਼ਾਹੀ ਤੋਂ ਲੈ ਕੇ ਬੱਪੂ ਬ੍ਰਹਮ ਜੋਗੀ ਜਿੰਨੇ ਵੀ ਦਰਬਾਰ ਸੀ ਜਿੱਥੇ ਮਤੋ ਜਾ ਮੈਂ ਸਾਰੇ ਮੱਥਾ ਟੇਕ ਆ ਮਾ ਤੇ ਪਾਜੀ ਹੁਣ ਜਿਹੜੇ ਕਿੱਸਾ ਇਦਾਂ ਨਾ ਕਿ ਨਾ ਮੈਂ ਅਕਸਰ ਮੇਰੇ ਮਨ ਦੇ ਵਿੱਚ ਮੇਰੇ ਜਣੀ ਕਦੇ ਨੀਤ ਹੁੰਦੀ ਸੀ ਜਾਣ ਦੀ ਵੀ ਯਾਰ ਮੈਂ ਨਕੌਦਰ ਜਾਇਆ ਮੈਂ ਜਾਇਆ ਪਰ ਜਾ ਹੀ ਨਹੀਂ ਹੁੰਦਾ ਹੁੰਦਾ ਸੀ ਪਤਾ ਨਹੀਂ ਕਾਨੂੰ ਜਾਂ ਕਈ ਵਾਰ ਕੋਈ ਅੜਿੱਕਾ ਪੈ ਜਾਂਦਾ ਹੁੰਦਾ ਸੀ ਜਾਂ ਕਈ ਵਾਰ ਜਾਂ ਜੇ ਕਹਿ ਲਈ ਜਿਵੇਂ ਜ ਆਪਾਂ ਐਵੇਂ ਕਸਦੇ ਵੀ ਉਹਨਾਂ ਦੀ ਜੇ ਮਰਜ਼ੀ ਨਹੀਂ ਦੀ ਸੁਧਣ ਦੀ ਨਾ ਆਪਾਂ ਨੂੰ ਤੇ ਉਸ ਤੋਂ ਬਾਅਦ ਮੇਰੇ ਮਨ 'ਚ ਕਈ ਗੱਲ ਆਈ ਕਿ ਯਾਰ ਵੀ ਮੈਂ ਨਕੌਦਰ ਤਾਂ ਵੀ ਮੈਨੂੰ ਘਰ ਦੇ ਵੀ ਕਈ ਵਾਰ ਕਹਿਣ ਲੱਗਦੇ ਵੀ ਦੂਰ ਆ ਤੂੰ ਨਹੀਂ ਜਾਣਾ ਤੇ ਉਸ ਤੋਂ ਬਾਅਦ ਨਾ ਆਪਣੇ ਮਨ ਦੇ ਵਿੱਚ ਇੱਕ ਵਾਰ ਗੱਲ ਆਈ ਮੇਰੇ ਵੀਰ ਵੀ ਮੈਨੂੰ ਕੀ ਰੱਬਾ ਵੀ ਇਸ ਤਰ੍ਹਾਂ ਦਾ ਦਰਬਾਰ ਲੱਭ ਜਾਵੇ ਵੀ ਜਿੱਥੇ ਬਹਿ ਕੇ ਮੈਨੂੰ ਸ਼ਾਂਤੀ ਮਿਲ ਜਾਇਆ ਕਰੇ ਹਨਾ ਤੇ ਜਿੱਥੇ ਬਹਿ ਕੇ ਮੈਂ ਉਹਨਾਂ ਦਾ ਨਾਮ ਲੈ ਲਿਆ ਕਰਾਂ ਵੀ ਜਿੱਥੇ ਮੈਨੂੰ ਇੱਕ ਤਰ੍ਹਾਂ ਵੀ ਜਾਮਾ ਮੈਨੂੰ ਉਹਨਾਂ ਦੇ ਅਹਿਸਾਸ ਹੋ ਜਾਇਆ ਕਰੇ ਵੀ ਮੈਨੂੰ ਕੋਦਰੀ ਮੱਥਾ ਟੇਕ ਲਿਆ ਤੇ ਇੱਕ ਵਾਰ ਦੀ ਗੱਲਾ ਪਾੜੀ ਸਾਡੇ ਲਾਗੇ ਮੁੱਲਾਪੁਰ ਦਾਖਲੇ ਲਾਗੇ ਪਿੰਡ ਬੜੇ ਲਿਆ ਤੇ ਹਨਾ ਮੁੱਲਾਪੁਰ ਦੇ ਲਾਗੇ ਭਾਜੀ ਸਾਡੇ ਪਿੰਡ ਬੜੇ ਲਿਆ ਤੇ ਨਾ ਉੱਥੇ ਨਾ ਇਦਾਂ ਕਹਿ ਦੀ ਆਪਾਂ ਵੀ ਉੱਥੇ ਨਾ ਇੱਕ ਦਿਨ ਨਾ ਉੱਥੇ ਕੋਈ ਫਕੀਰ ਤੁਰੇ ਫਿਰਦੇ ਸੀ ਜਿੱਦਾਂ ਗਜ਼ਾਬ ਮੰਗਦੇ ਫਿਰ ਗਜ਼ਾ ਕਰ ਰਹੇ ਸੀ ਆਪ ਦੇ ਨਾ ਦਾਣੇ ਪਾਣ ਲਈ ਜਾਂ ਤਾਂ ਮੰਗਦੇ ਫਿਰਦੇ ਸੀ ਗਜ਼ਾ ਕਰ ਰਹੇ ਸੀਗੇ ਤੇ ਉਹ ਮੇਰਾ ਮੈਂ ਮੋਟਰਸਾਈਕਲ ਤੇ ਜਾ ਰਿਹਾ ਸੀ ਮੇਰਾ ਉਦਾਂ ਹੀ ਮਨ ਕਰਿਆ ਵੀ ਯਾਰ ਮੈਂ ਵੀ ਮੈਂ 10 ਰੁਪਏ ਦਵਾਂ ਮਨੂੰ 10 ਰੁਪਏ ਦਿੱਤੇ ਤਾਂ ਉਹਨਾਂ ਨੇ ਹੱਸ ਕੇ ਫੜ ਲਏ ਤੇ ਖੁਸ਼ ਹੋ ਗਏ ਕਿ ਆ ਵੀ ਆਪਣਾ ਦਰਬਾਰ ਇੱਥੇ ਆ ਵੀ ਤੁਸੀਂ ਜੇ ਆਉਣਾ ਤਾਂ ਅੱਜ ਆ ਸਕਦੇ ਹੋ ਤੁਸੀਂ ਨਾ ਤੇ ਉਹ ਭਾਜੀ ਜਣੀ ਜਦੋਂ ਅਸੀਂ ਫਸਟ ਟਾਈਮ ਉਹ ਦਰਬਾਰ ਤੇ ਗਿਆ ਨਾ ਤੇ ਉਹ ਜਣੀ ਇਦਾਂ ਕਹਿਦੀ ਵੀ ਉੱਥੇ ਜਣੀ ਕੋਈ ਡਿਵੈਲਪਮੈਂਟ ਨਹੀਂ ਸੀਗਾ ਸਿਰਫ ਸਰਕਾਰਾਂ ਦੀ ਦੋ ਮਜ਼ਾਰਾਂ ਬਣੀ ਹੋਈਆਂ ਸੀਗੀਆਂ ਜਿੱਦਾਂ ਬਾਬਾ ਮੁਰਾਸ਼ਾ ਸਰਕਾਰ ਜੀ ਦੀ ਪੁਰਾਣੀ ਮਜ਼ਾਰ ਹੁੰਦੀ ਸੀ ਉੱਥੇ ਕੋਈ ਜਾਣਦੇ ਨਹੀਂ ਉਸੇ ਉਦਾਂ ਹੀ ਸੇਮ ਹੋ ਸੀਗੀਆਂ ਤੇ ਪਰ ਉਥੇ ਦੇ ਬਾਪੂ ਜੀ ਸੀ ਉਹ ਜਿਹੜੇ ਉੱਥੇ ਗੱਦੀ ਦੇ ਉਹਨੇ ਫਕੀਰ ਸੀਗੇ ਉਹ ਸੇਵਾ ਬਹੁਤ ਨੇ 10 ਸਾਲਾਂ ਤੋਂ ਉੱਥੇ ਰਹਿ ਕੇ ਉਹਨੇ ਸੇਵਾ ਕੀਤੀ ਐ ਪਹਿਲਾਂ ਉੱਥੇ ਜੰਗਲ ਹੀ ਹੁੰਦਾ ਸੀ ਪਰ ਉਹਨੇ ਹੌਲੀ-ਹੌਲੀ ਆਪ ਦੇ ਕੰਮ ਕਰਕੇ ਉਹਨੂੰ ਸਵਾਰ ਲਿਆ ਬਹਿਣ ਜੋਗਾ ਕਰ ਲਿਆ ਨਹੀਂ ਉੱਥੇ ਛੱਤ ਵੀ ਪਾ ਲਈ ਜਿਵੇਂ ਜਾਣੀ ਜਿਵੇਂ ਜਿਵੇਂ ਫਕੀਰ ਜਿਵੇਂ ਜਿਵੇਂ ਸਮੇਂ-ਸਮੇਂ ਨਾਲ ਉਹਨਾਂ ਨੇ ਉਹਨੂੰ ਸਵਾਰਤਾ ਤੇ ਜਦ ਮ ਸਦੀਕ ਸ਼ਾਹ ਸਰਕਾਰ ਉਹ ਪਲਵਾਨ ਰੂਪ ਦੇ ਸਰਕਾਰ ਸੀ ਪਲਵਾਨ ਰੂਪ ਦੇ ਵਿੱਚ ਸੀ ਉਹ ਵੀ ਬਹੁਤ ਪੁਰਾਣੀ ਸਰਕਾਰ ਸੀ ਉਹਨਾਂ ਦੀ ਜਗ੍ਹਾ ਉੱਥੇ ਬਣੀ ਸੀ ਤੇ ਅੱਕੀ ਨਾਲ ਉਹਨੇ ਬਣੀ ਸੀ ਮੁਹੰਮਦ ਸਾਹਿਬ ਸਰਕਾਰ ਦੀ ਸਰਕਾਰ ਮਜ਼ਾਰ ਦੋਵੇਂ ਮਜ਼ਾਰਾਂ ਪੁਰਾਣੀ ਸੀ 70 80 ਸਾਲ ਪੁਰਾਣੀ ਸੀ ਦੋਵੇਂ ਉੱਥੇ ਹੀ ਬਣੀ ਹੋਈਆਂ ਸੀ ਤੇ ਬਾਪੂ ਜੀ ਉਹਨਾਂ ਦੀ ਉਸ ਮਜ਼ਾਰਾਂ ਦੀ ਸੇਵਾ ਕਰਦੇ ਹੁੰਦੇ ਸੀ ਉੱਥੇ ਤੇ ਮੈਂ ਨਾ ਮੇਰਾ ਜਿੱਦਾਂ ਮੈਂ ਜਾਣਾ ਉੱਥੇ ਮੱਥਾ ਟੇਕ ਕੇ ਨਾ ਮਜ਼ਾਰਾਂ ਦੇ ਵਿੱਚ ਹੁਣ ਆਪਾਂ ਆਮ ਇਨਸਾਨ ਆਪਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਵੀ ਕਿਹੜੀ ਚੀਜ਼ ਚੰਗੀ ਆ ਕਿਹੜੀ ਚੀਜ਼ ਮਾੜੀ ਆ ਜਾਂ ਆਪਾਂ ਕਹਿ ਲਈਏ ਕਿਸੇ ਜਗ੍ਹਾ ਜਗ੍ ਉਦਦੇ ਟੇਕੀ ਜਾਣਾ ਟੇਕੀ ਜਾਣਾ ਵੀ ਆਣੀ ਬਸ ਮੈਨੂੰ ਪਰ ਮਾਨ ਮਾਨ ਇਦਾਂ ਹੁੰਦਾ ਸੀ ਵੀ ਬਸ ਜਾਣਾ ਆਪਦੇ ਮਨ ਚ ਕੋਈ ਨਹੀਂ ਹੁੰਦਾ ਸੀ ਇਹ ਹੁੰਦਾ ਸੀ ਜਾਣਾ ਉੱਥੇ ਸੇਵਾ ਕਰਨੀ ਆ ਬਾਪੂ ਨਾਲ ਪਿਆਰ ਹੁੰਦਾ ਸੀ ਯਾਨੀ ਦਿਲੋਂ ਪਿਆਰ ਸੀ ਉੱਥੇ ਨਾ ਸਰਕਾਰਾਂ ਨਾਲ ਵੀ ਸੇਵਾ ਕਰਨੀ ਜਾਣਾ ਤੇ ਕੋਸ਼ਿਸ਼ ਕਰਨੀ ਇਦਾਂ ਮਹੀਨੇ ਬੀਤੇ ਮਹੀਨੇ ਬੀਤੇ ਨਾ ਕੁਝ ਬੀਤੀਗੇ ਤੇ ਮੈਨੂੰ ਇਹ ਹੁੰਦਾ ਸੀ ਵੀ ਕਿ ਮੈਂ ਜਦੋਂ ਵੀਰਵਾਰ ਵਾਲਾ ਦੰਨਾ ਹੈ ਨਾ ਤੇ ਉੱਥੇ ਬਾਪੂ ਜੀ ਜਿਵੇਂ ਫਕੀਰਾਂ ਹੁੰਦੀ ਆ ਉਹ ਸਿਕਟ ਦਾ ਇੱਕ ਹੁੰਦਾ ਵਾ ਉਹਨਾਂ ਨੂੰ ਆਪਦੀ ਆਦਤ ਤੇ ਮੈਂ ਉਹਨਾਂ ਲਈ ਪੰਜ ਡੱਬੀਆਂ ਹਰ ਇੱਕ ਵੀਰਵਾਰ ਮੈਂ ਲੈ ਕੇ ਜਾਣੀ ਹੁੰਦੀ ਸੀਗੀਆਂ ਤੇ ਮੈਂ ਹਰ ਇੱਕ ਵੀਰਵਾਰ ਲੈ ਕੇ ਜਾਣੀ ਯਾਨੀ ਉਹ ਵੀ ਮੇਰੇ ਤੇ ਬਹੁਤ ਮੇਰੇ ਤੇ ਖੁਸ਼ ਸੀਗੇ ਵੀ ਯਾਨੀ ਵੀ ਮੈਂ ਸੱਚੇ ਮਨੀਤ ਮਰਾਦਨਾ ਸੇਵਾ ਕਰ ਦਉਂਦਾ ਸੀ ਜਿੰਨੀ ਜਿੰਨੀ ਮੇਤੋਂ ਹੁੰਦੀ ਹੁੰਦੀ ਸੀਗੀ ਨਾ ਤੇ ਇੱਕ ਵਾਰ ਦੀ ਗੱਲ ਆ ਪਾਜੀ ਉੱਥੇ ਬਾਪੂ ਜੀ ਨੂੰ ਉੱਥੇ ਨਾ ਉਹ ਜਗ੍ਹਾ ਤੇ ਤੇ ਪਰ ਉਹਨਾਂ ਨੂੰ ਹਾਂ ਇਦਾਂ ਸੀ ਵੀ ਉਹਨਾਂ ਨੇ ਮੰਦਾ ਨਹੀਂ ਵੀ ਸਰਕਾਰਾਂ ਇਦਾਂ ਦੇਖਦੀਆਂ ਨੇ ਉਹਨਾਂ ਨੂੰ ਉਹਨਾਂ ਦੇ ਯਾਨੀ ਦਰਸ਼ਨ ਉਹਨਾਂ ਨੂੰ ਜ਼ਰੂਰ ਹੁੰਦੇ ਨੇ ਪਰ ਇਦਾਂ ਨਹੀਂ ਇਹ ਕਹਦੀ ਕਦੀ ਉਹਨਾਂ ਚ ਹਾਜ਼ਰੀ ਆ ਗਈ ਜਿਹੋ ਉਹਦੇ ਵਿੱਚ ਰਾਜਵਾਨ ਆਪ ਹੁੰਦੇ ਉਹ ਉਹਨਾਂ ਨੇ ਕਦੀ ਨਹੀਂ ਕਰ ਲਈ ਸੀ ਕਿਉਂਕਿ ਹੱਦ ਕੇ ਬਾਪੂ ਜੀ ਦੇ ਜਿਹੜੇ ਗੁਰੂ ਮੋਰਸ਼ੇ ਸੀ ਉਹਨਾਂ ਦਾ ਉਹਨਾਂ ਦੇ ਬਹੁਤ ਵੱਡਾ ਹੱਥ ਸੀ ਬਹੁਤ ਜ਼ਬਰਦਸਤ ਸੀ ਉਹਨਾਂ ਦਾ ਵੀ ਨਾਮ ਬਾਪੂ ਰਾਜਕੁਮਾਰ ਬਲੀ ਸੀਗਾ ਉਹ ਵੀ ਬਹੁਤ ਯਾਨੀ ਰੱਬੀ ਰੂਹ ਸੀਗੀ ਉਹ ਵੀ ਉਹਨਾਂ ਦੀ ਮੌਲਾਲੀ ਸਰਕਾਰ ਦੀ ਬੰਦਗੀ ਸੀ ਸਾਰੀ ਤੇ ਉਹ ਜਦੋਂ ਵੀ ਆਉਂਦੇ ਸੀ ਉਹ ਵੀ ਕੋਈ ਖੇਡ ਕਰਕੇ ਜਾਂਦੇ ਨਹੀਂ ਸੀ ਕਿਉਂਕਿ ਉਹ ਤਾਂ ਅਕਸਰ ਮਿਲਣ ਤੇ ਹੁਣ ਜਿਹੜੇ ਪਰਲੀ ਸਰਕਾਰ ਸੀ ਨਾ ਇਹਨਾਂ ਪਲਵਾਨ ਸਰਕਾਰ ਸੀ ਮੈਨੂੰ ਨਹੀਂ ਪਤਾ ਸੀਗਾ ਵੀ ਮੈਂ ਉੱਥੇ ਸੇਵਾ ਕਰਦਾ ਕਰਦੋਂ ਉਹਨਾਂ ਨੇ ਮੇਰਾ ਇੰਨਾ ਪਿਆਰ ਪੈ ਗਿਆ ਵੀ ਮੈਨੂੰ ਨਹੀਂ ਪਤਾ ਸੀ ਵੀ ਮੇਰੇ ਦੇ ਪਰਲੀ ਸਰਕਾਰ ਦਾ ਕਰਮ ਮੇਰੇ ਤੇ ਹੋਇਆ ਵੀ ਉਹਨਾਂ ਸਾਖਸ਼ਾਤ ਹੱਥ ਮੇਰੇ ਸਿਰ ਤੇ ਰੱਖਿਆ ਸੀਗਾ ਉਹਨਾਂ ਦਾ ਵੀ ਮੈਨੂੰ ਪਤਾ ਹੀ ਨਹੀਂ ਹੁੰਦਾ ਮਨ ਜਾਣ ਹੁੰਦਾ ਵੀ ਮੇਰੇ ਨਾਲ ਵੀ ਵੀ ਮੇਰੇ ਤੇ ਵੀ ਉਹਨਾਂ ਦਾ ਹੱਥ ਹੈਗਾ ਸਿਰ ਤੇ ਤੇ ਇੱਕ ਵਾਰ ਨਾ ਭਾਜੀ ਨੇਰੇ ਦਾ ਟਾਈਮ ਸੀ ਮੈਂ ਬਾਪੂ ਜੀ ਦੇ ਮੂਹਰੇ ਸੀ ਬੈਠੇ ਤੇ ਨਾ ਅਸੀਂ ਬੈਠੇ ਜਿੱਦਾਂ ਹੀ ਗੱਲਾਂ ਬਾਤਾਂ ਆਪਾਂ ਜਿਵੇਂ ਕਹਿਦੀ ਫਕੀਰ ਜੀ ਆਪਣਾ ਜਿੰਨਾ ਪਿਆਰ ਹੁੰਦਾ ਪਵੇ ਕਿ ਗੱਲਾਂ ਬਾਤਾਂ ਕਰਨ ਲੱਗਿਆ ਨੇ ਤੇ ਉਹਨਾਂ ਨੂੰ ਨਾ ਇੱਕਦਮ ਬੈਠੇ ਬੈਠੇ ਨੂੰ ਪਤਾ ਨਹੀਂ ਕੀ ਹੋਇਆ ਤੇ ਜਣੀ ਇਦਾਂ ਨਾ ਜਣੀ ਨਾ ਰੰਗ ਰੂਪ ਹੀ ਬਦਲ ਗਿਆ ਬੈਠੇ ਬੈਠਦਾ ਸਾਰੇ ਸਮਝੋਂ ਬਾਹਰ ਤੇ ਉਹਨਾਂ ਨੇ ਬਿੰਦੇ ਬਿੰਦੇ ਨੇ ਪੀਂਦੇ ਪਿੰਦੇ ਸੈਕਟਰ ਨੇ ਗੱਲ ਕੀਤੀ ਕਹਿੰਦੇ ਪਛਾਣ ਲੈ ਮੈਂ ਕੌਣ ਅਸੀਂ ਕ ਵੀ ਸਰਕਾਰ ਨਹੀਂ ਵੀ ਸਭ ਨਹੀਂ ਪਤਾ ਲੱਗਿਆ ਕਹਿੰਦੇ ਦੇਖ ਲਓ ਮੈਂ ਕੌਣ ਮੈਂ ਕਹਿੰਦਾ ਨਹੀਂ ਫਿਰ ਉਹਨਾਂ ਨੇ ਦੱਸਿਆ ਵੀ ਕਹਿੰਦਾ ਕਹਿੰਦੇ ਜਿੱਥੇ ਆ ਕੇ ਰੋਜ਼ ਤੇ ਮੱਥੇ ਦਾ ਰਗੜਨ ਲੱਗ ਜਾਂਦੇ ਹੋਂ ਵੀ ਮੈਂ ਪਰਲੀ ਸਰਕਾਰਾਂ ਉਹ 10 ਸਾਲ ਬਾਅਦ ਆਈ ਸੀ ਮੈਨ ਉਹ ਆਈ ਕਿਦੇ ਕਰਕੇ ਸੀ ਉਹ ਮੇਰੀ ਕਰਕੇ ਮਿਲਣ ਆਈ ਸੀ ਕਿ ਉੱਥੇ ਮੈਨੂੰ ਬਿਠਾਇਆ ਉਹਨਾਂ ਨੇ ਕੋਲੇ ਮੈਨੂੰ ਬਿਠਾ ਕੇ ਸਾਰੇ ਮੇਰੇ ਤੋਂ ਆਪਦੇ ਤੋਂ ਵੀ ਦੂਰ ਕਰਦੇ ਨੇ ਵੀ ਤੁਸੀਂ ਉੱਠੋ ਏ ਆਪਦੇ ਕੋਲ ਮੈਨੂੰ ਬਿਠਾਇਆ ਉਹਨਾਂ ਨੇ ਆਪ ਮੇਰੇ ਨਾਲ ਗੱਲਾਂ ਕੀਤੀਆਂ ਕੁਝ ਕਹਿੰਦੇ ਨੇ ਰਾਜ ਦੀਆਂ ਕਦੇ ਵੀ ਸਾਨੂੰ ਤੇਰਾ ਦਿਲ ਬਹੁਤ ਸਾਫ਼ ਆ ਤੇਰਾ ਦਿਲ ਬਹੁਤ ਵੀ ਸਾਨੂੰ ਪਸੰਦ ਬਹੁਤ ਆ ਬਈ ਤੇਰਾ ਮਨ ਬਹੁਤ ਸਾਫ਼ ਆ ਕਹ ਜਿਹੜੇ ਤੂੰ ਸੇਕਟਾਂ ਲੈ ਕੇ ਉਹਨਾਂ ਨਾਲ ਪੁੱਤ ਪੰਜ ਕਹਿੰਦੇ ਉਹ ਮਹੀਂ ਪੀਣਾ ਉਹਨਾਂ ਤੁਹਾਨੂੰ ਪਤਾ ਵੀ ਕਹਿੰਦਾ ਤਾਂ ਹੀ ਤੇਰੀ ਸੇਕਟਾਂ ਦੀ ਸੇਵਾ ਲੱਗੀ ਵੀ ਹੁਣ ਇੱਥੇ ਤੇ ਮੈਂ ਕਿਹਾ ਠੀਕ ਆ ਸਰਕਾਰ ਕਹਿੰਦੇ ਯਾਨੀ ਗੱਲਾਂ ਬਾਤਾਂ ਜਿੱਦਾਂ ਉਹਨਾਂ ਨਾਲ ਹੋਈਆਂ ਕਹਿੰਦੇ ਅੱਜ ਤੋਂ ਤੈਨੂੰ ਇੱਕ ਗੱਲ ਕਹਿੰਨੇ ਆ ਵੀ ਤੇਰੀ ਕੋਈ ਹਵਾਵਾਲ ਵੀ ਨਹੀਂ ਝਾਕ ਸਕਦਾ ਹੈਗਾ ਵਾ ਵੀ ਤੇਰੇ ਨਾਲ ਹੀ ਆ ਹੁਣ ਵੀ ਤੇਰੀ ਕੋਈ ਹਵਾਵਾਲ ਵੀ ਝਾਕ ਸਕਦਾ ਵੀ ਤੇਰੇ ਸਿਰ ਤੇ ਹੱਥ ਰੱਖਦਾ ਆ ਮੈਨਾਂ ਕੋ ਠੀਕ ਆ ਸਰਕਾਰ ਚਲੋ ਵਧੀਆ ਏਦਾਂ ਗੱਲਬਾਤਾਂ ਹੋਈ ਜਾਣੀ ਦੋ ਚਾਰ ਗੱਲਾਂ ਕੁਛ ਰਾਜ ਦੀਆਂ ਹੋਈਆਂ ਚਲੋ ਮੈਂ ਨਹੀਂ ਦੱਸ ਸਕਦਾ ਉਹਨਾਂ ਤੁਹਾਨੂੰ ਯਾਨੀ ਉਹਨਾਂ ਦਾ ਮੇਰੇ ਤੇ ਸਾਖਸ਼ਾਤ ਯਾਨੀ ਮੈਨੂੰ ਵੀ ਮਹਿਸੂਸ ਹੁੰਦਾ ਵੀ ਯਾਰ ਵੀ ਮੇਰੇ ਨਾਲ ਕੋਈ ਨਾ ਕੋਈ ਮੇਸ਼ਾ ਹੈਗਾ ਹੀ ਯਾਨੀ ਉਹਨਾਂ ਦੀ ਗੱਲਬਾਤ ਏਡੀ ਸੀ ਮੇਸ਼ਾ ਹੀ ਨਾਲ ਰਹਿੰਦੇ ਹੁੰਦੇ ਸੀ ਮੇਰੇ ਅੱਗੇ ਪਿੱਛੇ ਮੇਸ਼ਾ ਹੀ ਮੇਰਾ ਯਾਨੀ ਮੈਂ ਜਦੋਂ ਵੀ ਮੇਰਾ ਮਨ ਕਰਨਾ ਮੈਂ ਯਾਦ ਕਰ ਲੈਣਾ ਮੈਨੂੰ ਆਪ ਨੂੰ ਅਹਿਸਾਸ ਹੁੰਦਾ 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 ਵੀ ਯਾਰ ਮੇਰੇ ਨਾਲ ਮੇਰੇ ਸਰਕਾਰ ਹੈਗੇ ਨੇ ਨਾ ਵੀ ਜਦੋਂ ਵੀ ਯਾਦ ਕਰਨਾ ਨੂੰ ਆਉਣਾ ਪੈਂਦਾ ਹੁੰਦਾ ਹੈਗਾ ਤੇ ਫਿਰ ਕਰਦੇ ਕਰਾ ਮੇਰੇ ਮਾਂ ਚ ਕੋਸ਼ ਇਦਾਂ ਦੀਆਂ ਮਰਾਦਾਂ ਸੀਗੀਆਂ ਜਣੀ ਮਰਾਦ ਵੀ ਕਾਦੀ ਪਾਜੀ ਇੱਕ ਨਾਮ ਉਦੋਂ ਵਿੱਚ ਕੋਈ ਕੁੜੀ ਵਾਲੀ ਗੱਲ ਆ ਗਈ ਸੀ ਮੈਂ ਕਿਸੇ ਕੁੜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਮੈਂ ਜਦੋਂ ਵੀ ਸਰਕਾਰ ਨੂੰ ਕਹਿਣਾ ਮੈਂ ਉਹੀ ਮੰਗਣੀ ਸਰਕਾਰ ਕੋਲ ਮੈਂ ਜਾਣਾ ਮੈਂ ਤਾਂ ਉਹੀ ਮੰਗਣੀ ਤੇ ਸਰਕਾਰ ਨੇ ਵੀ ਮਿਲਣਾ ਆਉਣਾ ਉਦੋਂ ਵੀ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹਿ ਦੇਣੀ ਕੋਈ ਨਹੀਂ ਹੋ ਜਾਊਗਾ ਕੋਈ ਨਹੀਂ ਹੋ ਜਾਊਗਾ ਪਰ ਹੁਣ ਆਪਾਂ ਉਹਦੀ ਮਾਲਕ ਦੀ ਦਰਜਾ ਅਕਸਰ ਕਹਿੰਦੇ ਨੇ ਵੀ ਬਹੁਤ ਵੱਡੀ ਹੁੰਦੀ ਆ ਦੀ ਆਪਾਂ ਉਹਦੀ ਰਜਾ ਨੂੰ ਨੀ ਯਾਰ ਸਮਝ ਸਕਦੇ ਹੈਗੇ ਵੀ ਉਹਦੀ ਰਜਾ ਤਾਂ ਬਹੁਤ ਵੱਡੀ ਹੁੰਦੀ ਆ ਵੀ ਉਹਨੇ ਚੀਜ਼ ਸਾਨੂੰ ਉਹ ਦੇਣੀ ਆ ਜੋ ਕੀ ਤੇਰੇ ਲਈ ਚੰਗੀ ਜੇ ਇਹ ਨਹੀਂ ਉਹਨੇ ਦੇਖ ਕੇ ਦੇਣੀ ਵੀ ਜੋ ਤੈਨੂੰ ਪਸੰਦ ਆ ਉਹਨੇ ਇਹ ਦੇਖਣਾ ਵੀ ਤੇਰੇ ਮਾਂ ਪੇਲੀ ਕੀ ਚੰਗਾ ਬਾਬੀ ਤੇਰੇ ਆਨਲੇ 10 ਵੀ ਤੇਰੇ ਜਿੰਦਗੀ ਫਿਊਚਰ ਲਈ ਤੇਰੇ ਲਈ ਕੀ ਵਧੀਆ ਬਾਬੀ ਤੇਰੇ ਲਈ ਜੋ ਵੀ ਸਰਕਾਰ ਨੇ ਬਹੁਤ ਮੇਰੇ ਲਈ ਵੱਡਾ ਸੋਚਿਆ ਸੀ ਪਰ ਮੈਂ ਉਹ ਸਮਝ ਨਹੀਂ ਸਕਿਆ ਚੀਜ਼ ਨੂੰ ਤੇ ਮੈਂ ਮੈਂ ਮੰਗੀਗਾ ਮੰਗੀਗਾ ਵੀ ਮੇਰਾ ਮਨ ਲਾਟ ਉੱਟ ਕੇ ਵੀ ਆ ਗਿਆ ਵੀ ਸਰਕਾਰ ਤੋਂ ਮੈਂ ਇੰਨੀ ਮੰਗਿਆ ਮੇਰਾ ਇੰਨਾਂ ਨਾਲ ਮੇਰਾ ਇੰਨਾ ਪਿਆਰਾ ਵੀ ਇੰਨਾ ਤੇ ਮੇਰਾ ਤੇ ਵੀ ਜਿਉਂਦੇ ਨਾਲ ਸਾਫ ਸਫਾਤ ਤਾਂ ਮੈਂ ਇੰਨਾ ਤੋਂ ਮੰਗਦਾ ਫਿਰ ਉਹ ਹਟ ਗਿਆ ਬਾਪੂ ਨਾ ਵੀ ਪਿਆਰ ਟੁੱਟ ਗਿਆ ਬਲਾਉਣ ਨੂੰ ਹਟ ਗਿਆ ਮੈਂ ਜਾਣ ਨੂੰ ਹਟ ਗਿਆ ਨਹੀਂ ਮੇਰਾ ਨਾਤਾ ਲਿੰਕ ਸਰ ਕੋ ਤੋੜ ਕੇ ਬਹਿ ਗਿਆ ਦੁਖੀ ਰਹਿਣ ਲੱਗ ਗਿਆ ਬਹੁਤਾ ਨਾ ਅੰਦਰੋਂ ਅੰਦਰ ਹੀ ਤੇ ਫਿਰ ਚਲੋ ਕੋਸ਼ਕ ਮਹੀਨੇ ਬੀਤ ਗਏ ਮੈਂ ਗਿਆ ਹੀ ਨਹੀਂ ਮੈਂ ਗਿਆ ਹੀ ਨਹੀਂ ਤੇ ਉਸ ਤੋਂ ਬਾਅਦ ਮੇਰੀ ਬਾਗਲੀ ਫਾਈਲ ਲੋਜ ਕਰੀ ਹੋਈ ਸੀਗੀ ਆਸਟ੍ਰੇਲੀਆ ਲਈ ਨਾ ਬਾਜੀ ਤੇ ਮੇਰਾ ਵੀਜ਼ਾ ਆ ਗਿਆ ਚਲੋ ਠੀਕ ਆ ਮੇਰਾ ਵੀਜ਼ਾ ਆ ਗਿਆ ਨਾ ਤੇ ਫਿਰ ਮੇਰੇ ਮਨ ਦੇ ਵਿੱਚ ਗੱਲ ਆਈ ਮੈਂ ਕਿਹਾ ਨਹੀਂ ਵੀ ਚਲੋ ਕੋਈ ਨਹੀਂ ਜੇ ਜਾਣਾ ਹਟੇ ਸੀ ਮੈਂ ਕਿਹਾ ਹੁਣ ਮੇਰਾ ਵੀਜ਼ਾ ਹੈ ਮੇਰੇ ਇੱਕ ਵਾਰ ਸਾਰੇ ਸਰਕਾਰਾਂ ਨੂੰ ਮਿਲ ਕੇ ਆਉਣ ਦਾ ਮੇਰਾ ਫਰਜ਼ ਹੁਣ ਮੇਰਾ ਬਣਦਾ ਵੀ ਮੈਂ ਇੱਕ ਵਾਰ ਮਿਲ ਕੇ ਤਾਂ ਚਲੋ ਕੋਈ ਨਹੀਂ ਮੈਂ ਦੁਵਾਰਾ ਜਦ ਗਿਆ ਜਦੋਂ ਬਾਪ ਜਣੀ ਨੇ ਕਹਦੇ ਨਹੀਂ ਫਕੀਰਾਂ ਦੇ ਵਿੱਚ ਵੀ ਜੇ ਇੱਕ ਵਾਰ ਜਿਹਦੇ ਨਜ਼ਰ ਸਵੱਲੀ ਹੋ ਗਈ ਜਾਂ ਜਿਹਦੇ ਨਾਲ ਪਿਆਰ ਪੈ ਗਿਆ ਉਹ ਕਦੇ ਨਹੀਂ ਭੁੱਲਦੇ ਹੁੰਦੇ ਯਾਨੀ ਜੇ ਇੱਕ ਵਾਰ ਆਪਣੀ ਮੰਨ ਦੀ ਨੀਚਾ ਸਾਫ ਲੈ ਕੇ ਚਲੇ ਗਏ ਉਹਨਾਂ ਦੀ ਹਮੇਸ਼ਾ ਨਜ਼ਰ ਆਪਣੇ ਤੇ ਫਿਰ ਉਹੀ ਰਹਿਣੀ ਹੁੰਦੀ ਹੈ ਚਾਹੇ ਆਪਾਂ ਬਦਲ ਸਕਦੇ ਹਾਂ ਪਰ ਉਹ ਨਹੀਂ ਬਦਲਦੇ ਹੁੰਦੇ ਨਾ ਤੇ ਮੈਂ ਦੁਵਾਰਾ ਗੱਬਾਪੂ ਉਹਦੇ ਵੀ ਬਹੁਤ ਖੁਸ਼ ਹੋ ਕੇ ਮੈਨੂੰ ਜੱਫੀ ਪਾ ਕੇ ਮਿਲੇ ਅਨਾਂ ਗੱਲਾਂ ਬਾਤਾਂ ਹੋਈਆਂ ਤੇ ਚਲੋ ਉਹਨਾਂ ਨੇ ਮੈਨੂੰ ਕਹਿੰਦੇ ਕੋਈ ਨਹੀਂ ਫਕੀਰ ਬਾਦੇ ਘਟੇ ਚੱਲਦੇ ਰਹਿੰਦੇ ਵੀ ਕੋਈ ਨਹੀਂ ਕੀ ਪਤਾ ਵੀ ਰੱਬ ਦੀ ਕੀ ਖੇੜਾ ਵੀ ਸਮਝੀ ਸਮਝਣ ਦੀ ਕੋਸ਼ਿਸ਼ ਕਰੀ ਕਿਉਂਕਿ ਫਕੀਰ ਹੁੰਦੇ ਭਾਈ ਉਹ ਸਿੱਧਾ ਨਹੀਂ ਦੱਸ ਦਿੰਦੇ ਵੀ ਗੱਲਬਾਤ ਤੁਹਾਡੇ ਨਾਲ ਹੋਣਾ ਟਾਈਮ ਦੀ ਕੀ ਉਹ ਬਸ ਕਿਉਂਕਿ ਰਾਜ ਦੀ ਗੱਲਾਂ ਰਾਜ ਰੱਖਦੇ ਹੁੰਦੇ ਆ ਉਹ ਮੈਨੂੰ ਇਹ ਸਹੀ ਗਣਾ ਕਹਿੰਦੇ ਦੇਖ ਕੇ ਜਾਈ ਤੋ ਥੋੜਾ ਟਾਈਮ ਖੜ ਜਾ ਬਹੁਤ ਕੁਝ ਮਿਲ ਜਾਣਾ ਬਹੁਤ ਕੁਝ ਹੋਣਾ ਤਾਂ ਸਮੇਂ ਦੀ ਵੇਟ ਕਰ ਚਲੋ ਮੇਰਾ ਮਨ ਫੇਰ ਜਣੀ ਦਿਲੋਂ ਦਾ ਪਿਆਰ ਕਰਦਾ ਸੀ ਪਰ ਬਸ ਮਨ ਨਹੀਂ ਕਰ ਦਿੰਦੇ ਮੈਂ ਜਾ ਮਾਵ ਕਿਉਂਕਿ ਗੁੱਸੇ ਹੋਇਆ ਸੀ ਨਰਾਜ਼ ਸੀ ਤੇ ਫਿਰ ਪਾਜੀ ਨਾ ਮੈਂ ਕਰਦਾ ਕਰਾਉਂਦਾ ਮੈਂ ਦੁਬਾਰਾ ਜਾਣ ਲੱਗ ਗਿਆ ਕਿ ਮੇਰੇ ਉਹ ਤੋਂ ਬਾਅਦ ਮੈਂ 1.5-2 ਮਹੀਨੇ ਬਾਹਰ ਜਾਣਾ ਸੀ ਤੇ ਇੱਕ ਵਾਰ ਨਾ ਮੇਰੇ ਨਾਲ ਕੇ ਮਰਨਾ ਸਰਦਾਰ ਇੱਕ ਮੁੰਡਾ ਹੁੰਦਾ ਸੀ ਉਹ ਮੇਰਾ ਯਾਰ ਬੇਲੀ ਮੇਰਾ ਪੱਕਾ ਸੀਗਾ ਤੇ ਅਸੀਂ ਇਕੱਠੇ ਨਾ ਚੱਲ ਚਲੇ ਜਾਂਦੇ ਹੁੰਦੇ ਸੀਗੇ ਉਹ ਮੇਰੇ ਨਾਲ ਉਹਦੇ ਇੱਕ ਵਾਰ ਨਾ ਉਦੋਂ ਉਦੋਂ ਡੇਰੇ ਵਿੱਚ ਨਾ ਉੱਥੇ ਸਰਕਾਰ ਦੇ ਕੋਈ ਨਹੀਂ ਸੀਗਾ ਨਾ ਬਾਪੂ ਜੀ ਸੀਗੇ ਨਾ ਉੱਥੇ ਕੋਈ ਨਹੀਂ ਸੀ ਸੀ ਦਰੀ ਉੜਾ ਕੇ ਨਾ ਬਾਹਰ ਕੱਚਾ ਹੀ ਥਾਮ ਉੱਥੇ ਉੱਥੇ ਹੀ ਬਹਿ ਗਏ ਹੈ ਨਾ ਤੇ ਉਹ ਮੁੰਡਾ ਕਹਿੰਦਾ ਯਾਰ ਤੂੰ ਸਿਕਟਾਂ ਤੇ ਲੈ ਜਾਨਾ ਮੈਂ ਕਹਿੰਦਾ ਵੀ ਇਹਨੂੰ ਪੀਂਦਾ ਤਾਂ ਕੋਈ ਹੈ ਨਹੀਂਗਾ ਮੈਂ ਕਿਹਾ ਕੰਦਰਾਮੀ ਕਮੇ ਹੋ ਸਕਦਾ ਵੀ ਸਰਕਾਰ ਪਿੰਦੇ ਨੇ ਕਿਉਂਕਿ ਹੁਣ ਉਹਨੂੰ ਕੀ ਪਤਾ ਵੀ ਜੜੀਆਂ ਫੀਰਾਂ ਦੀਆਂ ਖੇਡਾਂ ਨਾ ਮਹਾਰਾਜ ਜੀ ਮੈਂ ਤੁਹਾਨੂੰ ਅਕਸਰ ਕਿਸੇ ਸ਼ੇਅਰ ਕਰਦਾ ਤੁਹਾਨੂੰ ਦਾ ਚਲੋ ਮੈਂ ਕੀ ਦੱਸ ਸਕਦਾ ਵਾਂ ਤੁਹਾਨੂੰ ਦਾ ਸਾਰਿਆਂ ਕੋਤਕ ਪਤਾ ਵੀ ਜਲਵੇ ਦਿਖਾਉਣੇ ਤਾਂ ਉਹਨੇ ਕਿਵੇਂ ਦਿਖਾ ਦਿੰਦੇ ਜਿਹਨੂੰ ਦਿਖਾਉਣੀ ਹੁੰਦੀ ਇਹਨਾਂ ਨੇ ਤੇ ਨਾ ਇਹ ਕਹਿੰਦਾ ਵੀ ਇਦਾਂ ਨਹੀਂ ਹੋ ਸਕਦਾ ਯਾਨੀ ਉਹਨੇ ਇੱਕ ਤਰ੍ਹਾਂ ਸਰਕਾਰ ਦੇ ਦਰਬਾਰ ਵਿੱਚ ਬੈਠ ਕੇ ਉਹਨਾਂ ਤੇ ਉਂਗਲ ਚੱਟੀ ਕੋਸ਼ਿਸ਼ ਕੀਤੀ ਵੀ ਇਦਾਂ ਕੋ ਹੁੰਦਾ ਹੀ ਨਹੀਂਗਾ ਤੇ ਮੇਰੇ ਵੀ ਮਨ ਚ ਆ ਗਈ ਮੈਂ ਕਹਾ ਵੀ ਸਰਕਾਰ ਮੇਰੇ ਮਨ ਚੀ ਗੱਲ ਲਈ ਮੈਂ ਕਹਾ ਸਰਕਾਰ ਇਹ ਤਾਂ ਬੇਇੱਜ਼ਤੀ ਮੇਰੇ ਮੂੰਹ ਤੇ ਹੀ ਕਰੀ ਜਾਂਦਾ ਬੈਠਾ ਵੀ ਤੁਹਾਡੇ ਦਰਬਾਰ ਚ ਬਹਿ ਕੇ ਹੀ ਜਾਂਦਾ ਵੀ ਇਦਾਂ ਦਾ ਕੁਝ ਨਹੀਂ ਹੁੰਦਾ ਮੈਂ ਕਹਾ ਇਹ ਤਾਂ ਹੁਣ ਮੇਰੀ ਬੇਇੱਜ਼ਤੀ ਆ ਵੀ ਹੋ ਰਹੀ ਆ ਮੇਰੇ ਮਨ ਚ ਗੱਲ ਇਹ ਆਈ ਤੇ ਉਹਨੇ ਮੈਨੂੰ ਉਤੋਂ ਸਵਾਲ ਪਤਾ ਕਹਿੰਦਾ ਸਿਕਟਾਂ ਪੀਂਦੀ ਆ ਕਹਿੰਦਾ ਬਾਹਰ ਕੱਢ ਕੇ ਰੱਖ ਕਹਿੰਦਾ ਦੇਖਦੇ ਆ ਹਿੱਲਦੀਆਂ ਕਿ ਨਹੀਂ ਕਹਿੰਦਾ ਜੇ ਇਹ ਤਾਂ ਮਾ ਹਿੱਲ ਗਈਆਂ ਤਾਂ ਕਹਿੰਦਾ ਮਨ ਨੂੰ ਵੀ ਉਹ ਪੀਂਦੀ ਨੇ ਉਹ ਕੁਦਰਤੀ ਭਾਜੀ ਹਵਾ ਝੋਖਾ ਆ ਗਿਆ ਜਾਨੀ ਸਿਕਟਾਂ ਹਿੱਲ ਗਈਆਂ ਉਹ ਕਨਤਾ ਹਵਾਨਾ ਹੈ ਲਿੰਗੀਆਂ ਤੇ ਮੇਰੇ ਜੇਬ ਦੇ ਵਿੱਚ ਪੰਜ ਡੱਬੀਆਂ ਸੀ ਮੇਰੇ ਮਨ ਦੇ ਵਿੱਚ ਪਤਾ ਨਹੀਂ ਕੀ ਗੱਲ ਆਈ ਮੈਂ ਪਿੱਛੇ ਨੂੰ ਸਰਕਾਰ ਦੇ ਦਰਬਾਰ ਵੱਲ ਮੂੰਹ ਕੀਤਾ ਮੈਂ ਇੱਕ ਬਾਜ ਮਾਰੀ ਮੈਂ ਕਿਹਾ ਸਰਕਾਰ ਮੈਂ ਕਿਹਾ ਸੈਕਟਰਾਂ ਨੇ ਥੋਡੀਆਂ ਲੈ ਜਾਉ ਮੈਂ ਕਿਹਾ ਬਸ ਮੇਰੇ ਮਨ ਚੀ ਬੁੱਚੀ ਦੇਣ ਮੈਂ ਬਾਜ ਮਾਰੀ ਇਹ ਤੇ ਭਾਈ ਤੁਸੀਂ ਯਕੀਨ ਨਹੀਂ ਕਰਨਾ ਮੇਰੇ ਜੇਬ ਦੇ ਵਿੱਚੋਂ ਨਾ ਤਿੰਨ ਡੱਬੀਆਂ ਨਿਕਲ ਗਈਆਂ ਗਾਇਬ ਹੋ ਗਈਆਂ ਮੈਨੂੰ ਲੱਗ ਗਿਆ ਪਤਾ ਵੀ ਮੈਂ ਕਿਹਾ ਸਰਕਾਰ ਦੀ ਖੇਡ ਹੋਈ ਆ ਤਿੰਨ ਡੱਬੀਆਂ ਚਲੇ ਗਈਆਂ ਮਰ ਜੇਬ ਚ ਨਹੀਂ ਰਹੀਆਂ ਪੰਜ ਸੀਗੀਆਂ ਤਿੰਨ ਮਰ ਜੇਬ ਚ ਨਿਕਲ ਗਈਆਂ ਤੇ ਫਿਰ ਮੁੰਡੇ ਨੂੰ ਮੈਂ ਦੱਸਿਆ ਮੈਂ ਕਿ ਯਾਰ ਦੰਡੀਆਂ ਡੱਬੀਆਂ ਆਪਣੇ ਜੇਬ 'ਚ ਨਹੀਂ ਪੰਜ ਸੀਗੀਆਂ ਕਹਿੰਦਾ ਤੂੰ ਰਾਹ 'ਚ ਸਿੱਟਿਆ ਤੂੰ ਮੰਨਦਾ ਨਹੀਂ ਉਹ ਸਾਰੇ ਲੱਭ ਵੀ ਆਏ ਪਾ ਜੀ ਨੂੰ ਲੱਭੀਆਂ ਵੀ ਨਹੀਂ ਤੇ ਹਫ਼ਤੇ ਬਾਅਦ ਫਿਰ ਸਰਕਾਰ ਦੁਬਾਰਾ ਮਿਲਣ ਆ ਗਈ ਸੀਗੇ ਦੁਬਾਰਾ ਜਦੋਂ ਮਿਲਣੇ ਉਦੋਂ ਹੱਜ ਜਕ ਨੂੰ ਦੱਸ ਕੇ ਕਹਿੰਦੇ ਹੁਣ ਸਿਕਟਾਂ ਦੀ ਡੱਬੀਆਂ ਤੇਰੀਆਂ ਕਿੱਥੇ ਨੇ ਕਹਿੰਦਾ ਲੱਭ ਲਓ ਕਿੱਥੇ ਆ ਕਹਿੰਦਾ ਪਤਾ ਕੋਣ ਲੈ ਕੇ ਗਿਆ ਮੈਨੂੰ ਤਾਂ ਪਤਾ ਸੀ ਵੀ ਸਰਕਾਰ ਦੀ ਕਿਹੜਾ ਸਰਕਾਰ ਹੀ ਆਪ ਹੀ ਲੈ ਕੇ ਆ ਕੇ ਉਹ ਤੇ ਉਹ ਮੁੰਡੇ ਦੇ ਮੂੰਹ ਤੇ ਆ ਕੇ ਦੱਸ ਕੇ ਗਏ ਸੀ ਵੀ ਪੁੱਤ ਉਹ ਸੈਕਟਾਂ ਡੱਬੀਆਂ ਉਹ ਮੇਰੀਆਂ ਸੀ ਉਹ ਮੈਂ ਲੈ ਗਿਆ ਮੈਂ ਕਿਹਾ ਤੇਰੇ ਮਨ ਚ ਭੜੇਖਾ ਸੀ ਨਾ ਵੀ ਉਹ ਹੁਣ ਮੈਂ ਕੱਢਿਆ ਵਾ ਕਹਿੰਦਾ ਲੱਬ ਲਾ ਹੁਣ ਜਿੱਥੇ ਸੈਕਟਾਂ ਤੋਂ ਲੱਬ ਹੁੰਦੀਆਂ ਯਾਨੀ ਮੇਰੇ ਨਾਲ ਇੱਕ ਤਰ੍ਹਾਂ ਹੱਥ ਵਾਪਾ ਇਦਾਂ ਦਾ ਹੋਇਆ ਹੋਇਆ ਵਾ ਵੀ ਇਹ ਮੇਰੇ ਨਾਲ ਗੱਲਾਂ ਹੋਈਆਂ ਸਰਕਾਰਾਂ ਦਾ ਮੇਰੇ ਤੇ ਸਿਰ ਤੇ ਬਹੁਤ ਹੱਥ ਉਹਨਾਂ ਦਾ ਸੀਗਾ ਯਾਨੀ ਹਜੇ ਵੀ ਹੱਥ ਉਹਨਾਂ ਦਾ ਹੈਗਾ ਮੇਰੇ ਤੇ ਤੇ ਯਾਨੀ ਇਹ ਕਿੱਸਾ ਮੈਂ ਤੁਹਾਨੂੰ ਸ਼ੇਅਰ ਕੀਤਾ ਕਿ ਥੋੜਾ ਇਹ ਹਟ ਗਿਆ ਮੈਂ ਕਿਹਾ ਵੀ ਥੋੜਾ ਇੱਕ ਹਟ ਕੇ ਕਿੱਸਾ ਸ਼ੇਅਰ ਕਰਿਆ ਜਾਵੇ ਭਾਜੀ ਨਾਲ ਵੀ ਅਕਸਰ ਦੀ ਲਾਡੀ ਕਦੇ ਸੇ ਤੁਸੀਂ ਪਾਉਣੇ ਰਹੇ ਨੇ ਉਹਦਾ ਪਈ ਵੀ ਜਾਣੇ ਕੋਈ ਉਹਨਾਂ ਦੇ ਕਿਸੇ ਵੀ ਬਾਜੀ ਇਦਾਂ ਉਹ ਤਾਂ ਕਦੇ ਮੌਕਾ ਹੀ ਨਹੀਂ ਸਾਦੇ ਆਸ ਦੁਨੀਆ ਖਤਮ ਉਹਨਾਂ ਦੇ ਕਿਸੇ ਨਹੀਂ ਮੌਕਾ ਸਕਦੇ ਉਹਨਾਂ ਦੀ ਕੋਈ ਨਾ ਕੋਈ ਰਚਨਾਵਾਂ ਕੋਤਕ ਉਹਨਾਂ ਨੇ ਦਿਖਾਈ ਜਾਣਿਆ ਸਾਰੀ ਜਿੰਨਾ ਟਾਈਮ ਇਹ ਦੁਨੀਆ ਮਾ ਨਾ ਤੇ ਮੈਂ ਇੱਕ ਸਰ ਨੰਬਰ ਜੀ ਸ਼ੇਅਰ ਕਰਿਆ ਤੇ ਭਾਜੀ ਇਹਨੂੰ ਜੇ ਤੁਸੀਂ ਮਾੜਾ ਵੀਡੀਓ ਥੋੜੀ ਸੌਰੀ ਆਡੀਓ ਲੌਂਗ ਹੋ ਗਿਆ ਭਾਜੀ ਸੁਣ ਲਿਓ ਇੱਕ ਵਾਰ ਨਾ ਤੇ ਮਾੜਾ ਇਹਨੂੰ ਤੁਸੀਂ ਜਰੂਰ ਪਾਓ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਕਿਸੇ ਦੋ ਲਾਢੀ ਸਰਕਾਰ ਜੀ ਦੇ ਵੀ ਮੈਂ ਮੇਰੇ ਕੋਲ ਹੈਗੇ ਨੇ ਮੈਂ ਤੁਹਾਨੂੰ ਉਹ ਵੀ ਸ਼ੇਅਰ ਜਰੂਰ ਕਰੂੰਗਾ ਨਾ ਤੁਸੀਂ ਪਰ ਇਹ ਵੀ ਉਹਦੇ ਵਿੱਚ ਹ ਉਦੇ ਵਿੱਚ ਆਪਦੀ ਨੀਂਦ ਖਰਾਬ ਸੀਗੀ ਨਾ ਤੇ ਪਰ ਉਹ ਵੀ ਮੈਂ ਸ਼ੇਅਰ ਕਰੂੰਗਾ ਵੀ ਕੋਈ ਨਹੀਂ ਵੀ ਜਿੱਦਾਂ ਸਰਕਾਰ ਨਾਲ ਜੋ ਵੀ ਮੇਰੇ ਨਾਲ ਗੱਲਬਾਤ ਹੋਈ ਹੋਈ ਹੈ ਨਾ ਤੇ ਉਹ ਵੀ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਪਰ ਆ ਵੀ ਭਾਜੀ ਤੁਸੀਂ ਜਰੂਰ ਮੇਰਾ ਸ਼ੇਅਰ ਕਰਿਓ ਕਿਸਾਂ ਧੰਨਵਾਦ ਭਾਜੀ ਤੁਹਾਡਾ